ਡਿਊਟੀ ਉਹਨਾਂ ਵਾਸਤੇ ਹੈ ਜਿਹੜੇ ਨਾਮ ਲੈ ਲੈਂਦੇ ਨੇ, ਫਿਰ ਕਹਿੰਦੇ ਸਾਡਾ ਮਨ ਨਹੀਂ ਟਿਕਦਾ। ਮਨ ਨੂੰ ਟਿਕਾਉਣ ਵਾਸਤੇ ਸਾਨੂੰ ਥੋੜ੍ਹੀ ਥੋੜ੍ਹੀ ਮਿਹਨਤ ਕਰਨੀ ਜ਼ਰੂਰ ਪੈ ਸਕਦੀ ਹੈ। ਮਨ ਨੂੰ ਟਿਕਾਉਣ ਵਾਸਤੇ ਪਹਿਲਾਂ 10 ਮਿੰਟ ਲਈ ਤੁਸੀਂ ਆਸਣ 'ਤੇ ਬਹਿ ਜਾਓ, ਫਿਰ 20 ਮਿੰਟ ਲਈ ਬੈਠ ਜਾਓ, ਫਿਰ 30 ਮਿੰਟ ਲਈ ਰੋਜ਼ ਅਭਿਆਸ ਕਰੋ। ਅਭਿਆਸ ਕਰਨ ਲਈ ਕਈ ਵਾਰ ਮਨ ਕਹਿੰਦਾ ਤੁਸੀਂ ਉੱਠ ਜਾਓ, ਉੱਠ ਜਾਓ, ਉਹ ਕੰਮ ਪਿਆ ਹੈ, ਉਹ ਕੰਮ ਪਿਆ ਹੈ, ਪਰ ਤੁਸੀਂ ਉੱਠਣਾ ਨਹੀਂ ਹੈ। ਆਪਣੇ ਜੋ 10 ਮਿੰਟ ਤੁਸੀਂ ਕਿਹਾ ਹੈ ਵੀ ਮੈਂ 10 ਮਿੰਟ ਕਰਨੇ ਆ, ਤਾਂ 10 ਮਿੰਟ ਜ਼ਰੂਰ ਕਰੋ। 20 ਮਿੰਟ ਕਿਹਾ, 20 ਮਿੰਟ ਜ਼ਰੂਰ ਕਰੋ। ਇੱਦਾਂ ਹੀ ਮਨ ਦੇ ਟਿਕਾਉਣ ਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਕਈ ਵਾਰ ਇੱਦਾਂ ਹੁੰਦਾ ਹੈ ਕਿ ਅਸੀਂ ਮਨ ਦੇ ਪਿੱਛੇ ਲੱਗ ਜਾਂਦੇ ਹਾਂ। ਮਨ ਕਹਿੰਦਾ ਹੈ ਤੂੰ ਪਾਠ 'ਤੇ ਬੈਠ ਗਿਆ, ਉਹ ਕੰਮ ਤੇਰਾ ਰਹਿ ਗਿਆ, ਉਹ ਕੰਮ ਤੇਰਾ ਰਹਿ ਗਿਆ, ਉੱਠ ਕੇ ਕਰ ਲੈ। ਪਰ ਨਹੀਂ, ਉੱਠਣਾ ਨਹੀਂ ਹੈ। ਤੁਸੀਂ ਢੀਠ ਬਣ ਕੇ ਆਪਣਾ ਟਾਈਮ ਪੂਰਾ ਕਰਨਾ ਹੈ। ਟਾਈਮ ਪੂਰਾ ਕਰਨ ਵਾਸਤੇ ਸਾਨੂੰ ਮਨ ਦੀ ਲਗਾਮ ਕੱਸਣੀ ਪਏਗੀ। ਜੈਸੇ ਕਿ ਮਨ ਸਾਡਾ ਆਲੇ ਦੁਆਲੇ ਨੂੰ ਦੌੜਦਾ ਹੈ, ਉਸਨੂੰ ਅਸੀਂ ਨਾ ਕੱਸ ਕੇ ਰੱਖਣਾ ਹੈ। ਕਈ ਵਾਰ ਇੱਦਾਂ ਹੁੰਦਾ ਹੈ ਕੰਮ ਬਣਿਆ ਹੁੰਦਾ ਹੈ ਪਰ ਮਨ ਕਹਿੰਦਾ ਨਹੀਂ ਉੱਠ ਦੇਖ, ਉਹ ਤੇਰਾ ਕੰਮ ਵਿਗੜਦਾ ਪਿਆ, ਤੂੰ ਕਰ ਲੈ। ਪਰ ਨਹੀਂ, ਇੱਦਾਂ ਨਹੀਂ ਕਰਨਾ। ਆਪਣਾ ਟਾਈਮ, ਆਪਣਾ ਜੋ ਪਾਠ ਦਾ ਸਾਡਾ ਹੈ ਨਿਤਨੇਮ, 10 ਮਿੰਟ 20 ਮਿੰਟ ਜਿਤਨਾ ਵੀ ਆਪ ਕਰੋਗੇ ਉਹ ਕਰਕੇ ਹੀ ਉੱਠਣਾ ਹੈ। ਇਸਨੂੰ ਢੀਠ ਬਣ ਕੇ ਅਸੀਂ ਪਾਠ 'ਤੇ ਬੈਠਣਾ ਹੈ, ਢੀਠ ਬਣ ਕੇ ਅਸੀਂ ਟਾਈਮ ਪੂਰਾ ਕਰਨਾ ਹੈ, ਤਾਂ ਕਿ ਸਾਡਾ ਟਾਈਮ ਜੋ ਪੂਰਾ ਹੋ ਸਕੇ। ਇਸਨੂੰ ਹੱਠ ਯੋਗ ਕਿਹਾ ਜਾਂਦਾ ਹੈ। ਹੱਠ ਯੋਗ ਨਾਲ ਅਸੀਂ ਆਪਣਾ ਪਾਠ ਪੂਰਾ ਕਰਨਾ ਹੈ, ਨਹੀਂ ਤਾਂ ਮਨ ਦੇ ਪਿੱਛੇ ਲੱਗ ਲੱਗ ਕੇ ਆਪਣਾ ਟਾਈਮ ਖਰਾਬ ਕਰਨਾ ਇਹ ਸਾਡੀ ਮੂਰਖਤਾ ਹੈ। ਇਸ ਲਈ ਟਾਈਮ ਕੱਢ ਕੇ ਆਪਣੇ 10 ਮਿੰਟ 20 ਮਿੰਟ ਪਹਿਲਾਂ ਪਹਿਲੇ ਅਭਿਆਸ ਕਰਨਾ ਹੈ। 10 ਮਿੰਟ 20 ਮਿੰਟ ਜੈਸੇ ਵੀ ਆਪਣਾ ਬੈਠੋਗੇ ਤੁਸੀਂ, ਤਾਂ ਟਾਈਮ ਆਪਣਾ ਤੁਹਾਡਾ ਵੱਧਦਾ ਜਾਏਗਾ।